ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਾਹਿਬ 'ਚ ਆਏ ਹਾਂ ਜਿੱਥੇ ਕਿ ਇੱਕ ਵੱਖਰੀ ਮਾਨਤਾ ਹੈ। ਦੁਨੀਆ ਭਰ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਤੁਸੀਂ ਦੇਖੇ ਹੋਣਗੇ, ਲੇਕਿਨ ਇਸ ਗੁਰਦੁਆਰਾ ਸਾਹਿਬ ਦੀ ਇੱਕ ਵੱਖਰੀ ਮਾਨਤਾ ਹੈ ਕਿ ਜਿੱਥੇ ਕਿ ਪਾਥੀਆਂ ਚਲਾਈਆਂ ਜਾਂਦੀਆਂ ਨੇ ਔਰ ਪਾਥੀਆਂ ਜਿਹੜੀਆਂ ਹੈ ਪੁੱਤਰ ਪ੍ਰਾਪਤੀ ਵਾਸਤੇ ਚਲਾਈਆਂ ਜਾਂਦੀਆਂ ਨੇ। ਅਸੀਂ ਅਸਤ ਅੰਮ੍ਰਿਤਸਰ ਦੇ ਟੋਬਾ ਭਾਈ ਸਾਹਿਬ ਗੁਰਦੁਆਰੇ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਸੰਗਤ ਜਿਹੜੀ ਹੈ ਜਦੋਂ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੀ ਹੈ ਅਤੇ ਨਾਲ ਨਾਲ ਪਾਥੀਆਂ ਜਿਹੜੀ ਗੋਬਰ ਦੀਆਂ ਪਾਥੀਆਂ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਉਹ ਇੱਥੇ ਚਲਾਈਆਂ ਜਾਂਦੀਆਂ ਹੈ। ਦਰਅਸਲ ਇਸ ਗੁਰਦੁਆਰਾ ਸਾਹਿਬ ਦੀ ਇੱਕ ਅਲੱਗ ਮਾਨਤਾ ਹੈ ਕਿ ਜਿੱਥੇ ਕਿ ਸੰਗਤ ਜਦੋਂ ਪੁੱਤਰ ਪ੍ਰਾਪਤੀ ਦੀ ਚਾਹ ਦੇ ਵਿੱਚ ਇੱਥੇ ਗੁਰਦੁਆਰੇ ਗੁਰੂ ਘਰ ਮੱਥਾ ਟੇਕਣ ਆਉਂਦੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਲੰਗਰ ਦੇ ਵਿੱਚ ਪਾਥੀਆਂ ਜਿਹੜੀਆਂ ਚਲਾਉਣ ਦਾ ਕੰਮ ਕੀਤਾ ਜਾਂਦਾ ਹੈ। ਔਰ ਇਹ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਆਏ ਹਾਂ ਤਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਇੱਥੇ ਪੁੱਜ ਰਹੀ ਹੈ ਅਤੇ ਹੱਥ ਦੇ ਵਿੱਚ ਪਾਥੀਆਂ ਲੈ ਕੇ ਆਉਂਦੀਆਂ ਜਿਨ੍ਹਾਂ ਨੂੰ ਲੰਗਰ ਘਰ ਦੇ ਬਾਲਣ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਨਾਲ ਨਾਲ ਇੱਥੋਂ ਦਾ ਜਿਹੜਾ ਜਲ ਹੈ ਉਹ ਲਿੱਤਾ ਜਾਂਦਾ ਹੈ ਔਰ ਉਹ ਜਲ ਦੇ ਨਾਲ ਘਰ ਲੈ ਕੇ ਜਾਇਆ ਜਾਂਦਾ ਹੈ ਔਰ ਉਸ ਜਲ ਤੋਂ ਬਾਅਦ ਉਹ ਘਰ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਪੁੱਤਰ ਪ੍ਰਾਪਤੀ ਹੁੰਦੀ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਪਾਥੀਆਂ ਜਿਹੜੀਆਂ ਨੇ ਚੜਾਈਆਂ ਜਾਂਦੀਆਂ ਨੇ ਅਤੇ ਸੰਗਤ ਜਿਹੜੀ ਦੂਰ ਦਰਾਜੇ ਤੋਂ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਪੁੱਜਦੀ ਹੈ। ਸਾਡੇ ਨਾਲ ਵੀ ਕੁਝ ਜਿਹੜੇ ਸ਼ਰਧਾਲੂ ਜਿਹੜੇ ਨੇ ਅੱਜ ਇੱਥੇ ਵਿਸ਼ੇਸ਼ ਤੌਰ 'ਤੇ ਪੁੱਜੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਸਰ, ਕੀ ਪਾਥੀਆਂ ਦਾ ਕੀ ਮਕਸਦ ਹੈ ਜੀ? ਪਾਥੀਆਂ ਦਾ ਮੈਂ ਇਹ ਮਕਸਦ ਹੈ ਕਿ ਇਹ ਵਰ ਦਿੱਤਾ ਸੀਗਾ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਕਿ ਜਿਹੜਾ ਵੀ ਤੁਹਾਡੇ ਦਰ 'ਚ ਆਊਗਾ ਉਹਨਾਂ ਨੂੰ ਪੁੱਤਰ ਪ੍ਰਾਪਤੀ ਦੀ ਦਾਤ ਬਖਸ਼ੀ ਜਾਏਗੀ। ਅਸੀਂ ਇੱਕ ਡੇਢ ਸਾਲ ਪਹਿਲਾਂ ਆਏ ਸੀਗੇ ਇੱਥੇ, ਸੁੱਖਣਾ ਸੁੱਖੀ ਸੀ ਅਤੇ ਹੁਣ ਮੇਰੇ ਬੇਟਾ ਹੋਇਆ ਅਤੇ ਅਸੀਂ ਸੁੱਖਣਾ ਲਾਉਣ ਆਏ ਹਾਂ। ਸੋ ਇਸ ਲਈ ਪਾਥੀਆਂ ਫਿਰ ਕਿੱਥੇ ਚਲਾਈਆਂ ਜਾਂਦੀਆਂ ਜੀ? ਪਾਥੀਆਂ ਲੰਗਰ ਵਿੱਚ, ਲੰਗਰ ਪਕਾਉਣ ਵਿੱਚ ਉੱਥੇ ਵਰਤੀਆਂ ਜਾਂਦੀਆਂ। ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲੰਗਰ ਘਰ ਦੇ ਵਿੱਚ ਮੌਜੂਦ ਆ, ਜਿੱਥੇ ਕਿ ਜਿਹੜੇ ਪਰਿਵਾਰ ਜਿਹੜੇ ਨੇ ਜਿਨ੍ਹਾਂ ਦੀ ਸੁਖਨਾ ਪੂਰੀ ਹੋਈ ਹੈ ਉਹ ਅੱਜ ਇੱਥੇ ਪੁੱਜੇ ਨੇ ਅਤੇ ਜਿਹੜੀ ਹੈ ਪੁੱਤਰ ਪ੍ਰਾਪਤੀ ਵਾਸਤੇ ਉਹਨਾਂ ਦਾ ਜਿਹੜਾ ਇੱਕ ਜਿਹੜਾ ਉਹਨਾਂ ਨੇ ਇੱਥੇ ਦਰਸ਼ਨ ਇਸ਼ਨਾਨ ਕੀਤੇ ਸੀ ਅਤੇ ਇੱਕ ਜਿਹੜੀ ਮੰਗ ਕੀਤੀ ਸੀ ਵਾਹਿਗੁਰੂ ਅੱਗੇ ਉਹ ਅੱਜ ਕਿਤਨਾ ਕਿਤੇ ਪੂਰੀ ਹੋਈ ਹੈ ਅਤੇ ਅੱਜ ਪਰਿਵਾਰ ਜਿਹੜਾ ਨਤਮਸਤਕ ਹੋਣ ਵਾਸਤੇ ਪੁੱਜਾ ਹੈ। ਦੁਨੀਆ ਭਰ ਦੇ ਵਿੱਚ ਇੱਕ ਐਸਾ ਹੀ ਗੁਰਦੁਆਰਾ ਹੈ ਜਿੱਥੇ ਕਿ ਪਾਥੀਆਂ ਜਿਹੜੀਆਂ ਨੇ ਚੜਾਵੇ ਦੇ ਤੌਰ 'ਤੇ ਚਲਾਈਆਂ ਜਾਂਦੀਆਂ ਨੇ। ਸਾਡੇ ਨਾਲ ਕੁਝ ਮਹਿਲਾ ਵੀ, ਹਾਂਜੀ ਕੀ ਕਹੋਗੇ ਜੀ ਅੱਜ ਗੁਰਦੁਆਰਾ ਸਾਹਿਬ ਪਹੁੰਚੇ ਜੇ ਕੀ ਬੇਟਾ ਹੈ? ਬਸ ਇਹ ਹੈ ਕਿ ਲਾਸਟ ਈਅਰ ਜਿਹੜੀ ਸੁੱਖਣਾ ਸੁੱਖੀ ਸੀਗੀ ਉਹ ਹੁਣ ਮੱਥਾ ਟਿਕਾਉਣ ਲਿਆਏ ਹਾਂ ਬੇਬੀ ਨੂੰ, ਉਹ ਸਾਡੀ ਸੁੱਖਣਾ ਪੂਰੀ ਹੋ ਗਈ ਹੈ। ਪਾਥੀਆਂ ਨਾ ਲੈ ਕੇ ਆਏ ਜੀ? ਬਿਲਕੁਲ ਲੈ ਕੇ ਆਏ। ਤੁਸੀਂ ਦੇਖਿਆ ਕਿ ਸੰਗਤ ਦਾ ਆਖਣਾ ਹੈ, ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਜਿਹੜਾ ਮੇਨ ਹੈ ਉਹਦੇ 'ਤੇ ਲੈ ਕੇ ਚੱਲਦੇ ਹਾਂ ਅਤੇ ਗੁਰਦੁਆਰਾ ਸਾਹਿਬ ਦੇ ਹੀ ਦਰਸ਼ਨ ਦੀਦਾਰੇ ਕਰਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਇੱਥੇ ਨਤਮਸਤਕ ਹੁੰਦੀ ਹੈ ਅਤੇ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਸਾਡੇ ਨਾਲ। ਉੱਥੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਵੀ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ, ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾਉਣਗੇ। ਔਰ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਇੱਥੇ ਜਿਹੜੀ ਪੁੱਜਦੀ ਹੈ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਫਿਲਹਾਲ ਅਸੀਂ ਤੁਹਾਨੂੰ ਮਹਾਰਾਜ ਦੇ ਦਰਸ਼ਨ ਕਰਾ ਰਹੇ ਹਾਂ ਅਤੇ ਸੰਗਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਤੋਂ ਇੱਥੇ ਪੁੱਜਦੀਆਂ ਨੇ ਅਤੇ ਗੁਰੂ ਘਰ ਵਿਖੇ ਨਤਮਸਤਕ ਹੁੰਦੀਆਂ ਨੇ। ਅੰਮ੍ਰਿਤਸਰ ਦਾ ਟੋਬਾ ਭਾਈ ਸਾਲੋ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ, ਇਹ ਅਗਰ ਗੱਲ ਕਰੀਏ ਤਾਂ ਬੰਬੇ ਵਾਲਾ ਕੋਈ ਬਹੁਤ ਮਸ਼ਹੂਰ ਏਰੀਆ ਪੈਂਦਾ ਹੈ, ਉਹਦੇ ਕੋਲ ਮੌਜੂਦ ਹੈ। ਔਰ ਉੱਥੇ ਜਿਹੜੀਆਂ ਸੰਗਤ ਜਿਹੜੀਆਂ ਇੱਥੇ ਦਰਸ਼ਨ ਦੀਦਾਰ ਪੁੱਤਰ ਪ੍ਰਾਪਤੀ ਵਾਸਤੇ ਆਉਂਦੀਆਂ, ਜਿੱਥੇ ਕਿ ਪਾਥੀਆਂ ਚੜਾਈਆਂ ਜਾਂਦੀਆਂ ਨੇ। ਪੂਰੀ ਦੁਨੀਆ ਦੇ ਵਿੱਚ ਇੱਕ ਐਸਾ ਇੱਕ ਗੁਰਦੁਆਰਾ ਸਾਹਿਬ ਹੈ ਕਿ ਜਿੱਥੇ ਕਿ ਹਰ ਧਰਮ ਦੇ ਲੋਕ ਜਿਹੜੇ ਇੱਥੇ ਨਤਮਸਤਕ ਹੋਣ ਵਾਸਤੇ ਪੁੱਜਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਇੱਥੇ ਪਾਥੀਆਂ ਚੜਾ ਕੇ ਆਪਣੀ ਮੰਨਤ ਨੂੰ ਪੂਰਾ ਕੀਤਾ ਜਾਂਦਾ ਹੈ। ਔਰ ਤੁਸੀਂ ਹੋਰ ਵੀ ਅਸੀਂ ਤਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਇੱਥੇ ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਦੀ ਨੇ। ਔਰ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕਨ ਇੱਥੇ ਜਿਹੜੀ ਸੰਗਤ ਆਉਂਦੀ ਹੈ ਅਤੇ ਆਪਣੀ ਮਨੋਕਾਮਨਾ ਪੂਰੀ ਕਰਨ ਵਾਸਤੇ ਪੁੱਜਦੀ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੇ ਸ਼ਰਧਾਲੂ ਨਤਮਸਤਕ ਹੋਣ ਵਿਖੇ ਪੁੱਜ ਰਹੇ ਨੇ ਅਤੇ ਹੱਥਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਪਾਥੀਆਂ ਜਿਹੜੀਆਂ ਨੇ ਹੱਥ 'ਚ ਫੜੀਆਂ ਨੇ, ਜਿਨ੍ਹਾਂ ਨੂੰ ਕਿ ਚੜਾਉਣ ਵਾਸਤੇ ਇੱਥੇ ਜਿਹੜੇ ਉਹ ਆਉਂਦੇ ਨੇ ਅਤੇ ਹੁਣ ਹੋਰ ਵੀ ਸੰਗਤਾਂ ਜਿਹੜੀਆਂ ਨੇ ਪੂਰੇ ਪਾਥੀਆਂ ਦਾ ਇੱਕ ਜਿਹੜਾ ਪੂਰਾ ਟੋਬਾ ਹੈ ਉਹਨੂੰ ਲੈ ਕੇ ਆ ਰਹੇ ਨੇ, ਪੂਰੀ ਇੱਕ ਜਿਹੜੀ ਜਿਹਨੂੰ ਅਸੀਂ ਬਾਲਟਾ ਕਿਹਾ ਜਾਂਦਾ ਹੈ ਉਹਨੂੰ ਇੱਥੇ ਲੈ ਕੇ ਆਇਆ ਜਾ ਰਿਹਾ ਹੈ ਅਤੇ ਉਹਨੂੰ ਚੜਾਉਣ ਦਾ ਕੰਮ ਇਸ ਜਗ੍ਹਾ ਦੇ ਉੱਤੇ ਕੀਤਾ ਜਾ ਰਿਹਾ ਸੀ। ਹਾਂਜੀ ਸਰ, ਕੀ ਮਕਸਦ ਹੈ ਜੀ ਇਹਦਾ ਲਿਆਉਣ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇਸ ਤਰ੍ਹਾਂ ਵੀ ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਇੱਥੇ ਕੁਝ ਸੁੱਖਣਾ ਸੁੱਖੀਆਂ ਸੀ ਅਤੇ ਸਾਡੇ ਭੈਣ ਦੇ, ਸਾਡੇ ਭਰਾ ਦੇ, ਸਾਡੀ ਬੇਟੀ ਦੇ, ਜਿੰਨਿਆਂ ਦੇ ਵਾਸਤੇ ਵੀ ਅਸੀਂ ਇੱਥੇ ਆ ਕੇ ਸੁੱਖਣਾ ਸੁੱਖੀਆਂ ਨੇ ਅਤੇ ਅਸੀਂ ਇੱਥੋਂ ਕਦੀ ਵੀ ਕੋਈ ਖਾਲੀ ਨਹੀਂ ਗਏ, ਕਿਉਂਕਿ ਭਾਈ ਸਾਹਿਬ ਜੀ ਇਹਨਾਂ ਨੂੰ ਗੁਰੂ ਰਾਮਦਾਸ ਜੀ ਦਾ ਮਤਲਬ ਬਖਸ਼ਿਸ਼ ਸੀ ਇਹਨਾਂ ਨੂੰ। ਅਤੇ ਪਾਥੀਆਂ ਕਿਉਂ ਚੜਾਈਆਂ ਜਾਂਦੀਆਂ? ਇਹ ਪਾਥੀਆਂ ਇਸ ਕਰਕੇ ਚੜਾਈਆਂ ਜਾਂਦੀਆਂ ਜੀ ਕਿ ਜਦੋਂ ਗੁਰੂ ਰਾਮਦਾਸ ਦੇ ਸਰੋਵਰ ਦੀ ਰੰਭ ਕੇ ਮਤਲਬ ਕੰਮ ਜਾ ਰਿਹਾ ਸੀ ਅਤੇ ਉਦੋਂ
ਉਹਨਾਂ ਟਾਈਮਾਂ ਦੇ ਵਿੱਚ ਬਾਰਿਸ਼ ਬਹੁਤ ਹੋ ਗਈ, ਬਾਰਿਸ਼ ਬਹੁਤ ਹੋ ਗਈ ਅਤੇ ਭਾਈ ਸਾਲੋ ਜਿਹੜੇ ਸੀ ਉਹ ਸਰੋਵਰ ਦੇ ਵਿੱਚ ਸੇਵਾ ਕਰਾਉਂਦੇ ਸੀ ਅਤੇ ਗੁਰੂ ਰਾਮਦਾਸ ਕਹਿੰਦੇ ਵੀ ਹੁਣ ਬਈ ਬਾਲਣ ਆਪਾਂ ਨੂੰ ਬਾਲਣ ਦੀ ਬੜੀ ਜ਼ਰੂਰਤ ਹੈ ਅਤੇ ਮੀਂਹ ਬਹੁਤ ਪੈ ਰਿਹਾ ਹੈ ਅਤੇ ਭਾਈ ਸਾਲੋ ਨੇ ਕਿਹਾ ਜੀ ਇਹ ਸਾਡੀ ਜ਼ਿੰਮੇਵਾਰੀ ਲਾਈ ਆ ਅਤੇ ਬਾਲਣ ਨਹੀਂ ਕੋਈ ਗੱਲ ਨਹੀਂ ਆਪੇ ਇਕੱਠੇ ਕਰ ਲਵਾਂਗੇ। ਉਹਨਾਂ ਨੇ ਲਾਗੇ ਅੱਗੇ ਜਾ ਕੇ ਰੌਲਾ ਪਾ ਦਿੱਤਾ ਵੀ ਜਿਹੜਾ ਵੀ ਕੋਈ ਪਾਠੀਆਂ ਪਾਥੀਆਂ ਦਾ ਟੋਕਰਾ ਇੱਕ ਦੇਵੇਗਾ ਉਸਨੂੰ ਗੁਰੂ ਰਾਮਦਾਸ ਇੱਕ ਬੱਚੇ ਦੀ ਬਖਸ਼ਿਸ਼ ਕਰਨਗੇ। ਅਤੇ ਪਰ ਉਹਨਾਂ ਦੇ ਨਾਲ ਜਿਹੜੇ ਲੋਕ ਖਹਿਬਾਜ਼ੀ ਕਰਦੇ ਸੀ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਜਾ ਕੇ ਦੱਸ ਦਿੱਤਾ ਵੀ ਇਸ ਤਰ੍ਹਾਂ ਤੁਹਾਡੇ ਚੇਲੇ ਨੇ ਆਖਿਆ। ਉਸ ਤੋਂ ਬਾਅਦ ਤੁਸੀਂ ਪਾਥੀਆਂ ਚਲਾਉਣਾ? ਨਹੀਂ ਜੀ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਆਖ ਦਿੱਤਾ ਹੈ, ਉਹ ਕਹਿੰਦੇ ਜੀ ਇੰਨੀ ਫਿਰ ਇੰਨੀ ਬਾਰਿਸ਼ ਹੋ ਰਹੀ ਹੈ ਸਰੋਵਰ ਦਾ ਕੰਮ ਵੀ ਰੁਕ ਜਾਣਾ ਹੈ ਅਤੇ ਆਪਾਂ ਨੂੰ ਦੁਬਾਲਣ ਚਾਹੀਦਾ। ਅਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਜੇ ਕਹਿ ਤਾ ਆ ਠੀਕ ਹੈ ਜੀ। ਉਹ ਕਹਿੰਦੇ ਮਤਲਬ ਜੋ ਵੀ ਤੁਹਾਡੇ ਕੋਲ ਇੱਥੇ ਪਾਥੀਆਂ ਚੜ੍ਹਾਉਣ ਆਏਗਾ ਅਤੇ ਉਹਨਾਂ ਨੂੰ ਵਾਕਿਆ ਤੁਸੀਂ ਬਖਸ਼ਿਸ਼ ਕਰ ਸਕਦੇ ਹੋ। ਅਤੇ ਅਸੀਂ ਇੱਥੋਂ ਤਿੰਨ ਬੱਚਿਆਂ ਦੀ ਬਖਸ਼ਿਸ਼ ਭਾਈ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਲੈ ਗਏ। ਤੁਸੀਂ ਧੰਨਵਾਦ ਹੀ ਕਰਨਾ ਆਇਆ ਜੀ। ਤੁਸੀਂ ਦੇਖ ਸਕਦੇ ਹੋ ਕਿ ਧੰਨਵਾਦ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਜੋਕੇ ਇੱਕ ਅਲੱਗ ਤਰੀਕੇ ਦੇ ਨਾਲ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਵੀ ਮੌਜੂਦ ਨੇ ਅਤੇ ਨਾਲ ਜਿਹੜੇ ਨੇ ਸ਼ਰਧਾਲੂ ਜਿਹੜੇ ਵਿਦੇਸ਼ ਤੋਂ ਆਏ ਨੇ ਉਹ ਵੀ ਇੱਥੇ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੀ ਕਿ ਕਿਸ ਤਰੀਕੇ ਨਾਲ ਅੱਜ ਇੱਥੇ ਉਹ ਮੰਨਤ ਪੂਰੀ ਕਰਨ ਵਾਸਤੇ ਇੱਥੇ ਪੁੱਜੇ ਨੇ। ਸਾਡੇ ਨਾਲ ਕੁਛ ਮਹਿਲਾਵਾਂ ਨੇ, ਅਸੀਂ ਉਹਨਾਂ ਨਾਲ ਹਰ ਇੱਕ ਬੰਦੇ ਨਾਲ ਅਸੀਂ ਗੱਲ ਕਰਾਂ ਕਿਉਂਕਿ ਗੁਰਦੁਆਰਾ ਸਾਹਿਬ ਦੀ ਇੱਕ ਵੱਖਰੀ ਮਾਨਤਾ ਹੈ। ਹਾਂਜੀ ਮੈਮ, ਤੁਹਾਡਾ ਨਾਮ ਅਤੇ ਕਿੱਥੋਂ ਆਏ ਜੀ? ਹਾਂਜੀ ਮੇਰਾ ਨਾਮ ਪ੍ਰਨੀਤ ਕੌਰ ਆ, ਮੈਂ ਅਮਰੀਕਾ ਤੋਂ ਆਈ ਹੋਈ ਹਾਂ। ਹਾਂਜੀ, ਅਤੇ ਅਸੀਂ ਇੱਥੇ 4 ਸਾਲ ਪਹਿਲਾਂ ਮੈਂ ਆਈ ਸੀ ਇੱਥੇ ਅਤੇ ਇਹੀ ਬਸ ਬੇਨਤੀ ਕੀਤੀ ਮੈਨੂੰ ਮਹਾਰਾਜ ਇੱਕ 2 ਲੜਕੀਆਂ ਦੇਵੇ ਜਾਂ ਲੜਕੀ ਦੇਵੇ ਜਿਹੜੇ ਮਹਾਰਾਜ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਵੇ ਅਤੇ ਮੇਰੇ ਦੋਨੇ ਲੜਕੀਆਂ ਮਹਾਰਾਜ ਨਾਲ ਜੁੜੀਆਂ ਆ। ਆਹ ਮੇਰੀ ਵੱਡੀ ਲੜਕੀ ਆ ਅਤੇ ਮੇਰੀ ਛੋਟੀ ਲੜਕੀ ਅਤੇ ਦੋਨੇ ਇੰਨਾ ਪਿਆਰ ਕਰਦੇ, ਸਤਿਕਾਰ ਕਰਦੇ ਮਹਾਰਾਜ ਦਾ ਅਤੇ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ। ਵਿਸ਼ੇਸ਼ ਤੌਰ 'ਤੇ ਅਮੈਰੀਕਾ ਤੋਂ ਮੱਥਾ ਟੇਕਣਾ? ਹਾਂਜੀ ਅਮੈਰੀਕਾ ਤੋਂ ਆਈ ਹਾਂ ਜੀ। ਅਤੇ ਬਸ ਸਾਰੇ ਅਸਥਾਨ ਜਿਹੜੇ ਇੱਥੇ ਹੈਗੇ ਆ ਬਹੁਤ ਸਤਿਕਾਰਯੋਗ ਆ ਅਤੇ I'm really, really grateful to be able to come all the way from America to here and do darshan and be able to receive the blessings from Maharaj Sahib. It's a religious place, yes. Over here. What do you want, yes, to say about this place? I'm very grateful. And if you read the history, I tell everyone to come here, read the history, ask the people, and you will be just blessed and you will just be amazed at how much there is to learn from your religion. It's a very positive feeling over here. Very positive feeling. You feel very calm and at peace. ਤੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਇੱਕ ਮਨੋਕਾਮਨਾ ਭਾਵੁਕ ਹੁੰਦੇ ਪਰਿਵਾਰ ਜਿਹੜੇ ਨੇ ਇੱਥੇ ਪਹੁੰਚੇ ਨੇ ਸਾਡੇ ਨਾਲ। ਅਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਕੀ ਇਤਿਹਾਸ। ਜਿਸ ਟਾਈਮ 5ਵੇਂ ਪਾਤਸ਼ਾਹ ਜੀ ਨੇ ਸਰੋਵਰ ਦੀ ਪਕਾਈ ਦੀ ਸੇਵਾਵਾਂ ਆਰੰਭ ਕੀਤੀ, ਭਾਈ ਸ਼ਾਲੋ ਜੀ ਨੂੰ ਇਹ ਸੇਵਾਵਾਂ ਬਖਸ਼ੀਆਂ ਕਿ ਇੱਟਾਂ ਨਹੀਂ ਪੱਕ ਰਹੀਆਂ, ਬਾਲਣ ਦਾ ਪ੍ਰਬੰਧ ਕੀਤਾ ਜਾਵੇ। ਔਰ ਬਾਲਣ ਦਾ ਪ੍ਰਬੰਧ ਦਾ ਜੋ ਹੁਕਮ 5ਵੇਂ ਪਾਤਸ਼ਾਹ ਜੀ ਨੇ ਭਾਈ ਸ਼ਾਲੋ ਜੀ ਨੂੰ ਲਾਇਆ, ਲਾਗੇ ਜੋ ਪਿੰਡ ਸਨ ਵਸੋ ਸੀ ਉੱਥੇ ਜਾ ਕੇ ਬਾਬਾ ਸ਼ਾਲੋ ਜੀ ਨੇ ਹੋਕਾ ਦਿੱਤਾ ਕਿ ਜਿਨ੍ਹਾਂ ਘਰੇ ਔਲਾਦ ਨਹੀਂ ਜਾਂ ਪੁੱਤਰ ਨਹੀਂ, ਪੁੱਤਰ ਦੀ ਪ੍ਰਾਪਤੀ ਔਲਾਦ ਦੀ ਪ੍ਰਾਪਤੀ ਵਾਸਤੇ ਗੁਰੂ ਘਰ ਨੂੰ ਇੱਕ ਪਾਥੀ ਦੇ ਕੇ ਪ੍ਰਾਪਤ ਕਰ ਲਵੋ। ਔਰ ਬਹੁਤ ਸਾਰੀਆਂ ਸੰਗਤਾਂ ਸੀ ਜੋ ਸੇਵਾ ਕਰਕੇ ਇਹਨਾਂ ਖੁਸ਼ੀਆਂ ਨੂੰ ਪ੍ਰਾਪਤ ਕੀਤੀਆਂ। ਕੁਝ ਸ਼ੰਕਾਵਾਦੀ ਵੀ ਸਨ ਜਿਹੜੇ ਕਹਿੰਦੇ ਕਿ ਐਸਾ ਕਿਹੜਾ ਗੁਰੂ ਆ ਜਿਹੜਾ ਪਾਥੀਆਂ ਤੋਂ ਪੁੱਤਰ ਦੇਣ ਲੱਗ ਪਿਆ। ਔਰ ਜਿਨ੍ਹਾਂ ਨੇ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾਵਾਂ ਕੀਤੀਆਂ, 5ਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ, ਉਹਨਾਂ ਨੂੰ ਇਹ ਦਾਤਾਂ ਬਖਸ਼ਿਸ਼ ਕੀਤੀਆਂ। ਔਰ ਜਿਸ ਟਾਈਮ ਗੁਰੂ ਜੀ ਨੂੰ ਪਤਾ ਲੱਗਾ ਸੀ ਸਾਡੇ ਸਿੱਖ ਨੇ ਇਹ ਸੌਦਾ ਕੀਤਾ, ਭਾਈ ਸ਼ਾਲੋ ਜੀ ਨੂੰ ਕੋਲ ਸੱਦ ਕੇ ਕਿਹਾ, ਆਪ ਜੀ ਨੇ ਇਹ ਸੌਦਾ ਜਿਹੜਾ ਬਹੁਤ ਸਸਤਾ ਕੀਤਾ, ਤਾਂ ਭਾਈ ਸ਼ਾਲੋ ਜੀ ਨੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਆਪ ਜੀ ਦੇ ਭੰਡਾਰੇ ਖੁੱਲ੍ਹੇ ਹਨ, ਮੈਨੂੰ ਤਾਂ ਇਸ ਤਰ੍ਹਾਂ ਲੱਗਾ ਮੈਂ ਵਰਤਾਵਾ ਹਾਂ ਅਤੇ ਮੈਂ ਹੋਕਾ ਦੇ ਦਿੱਤਾ ਕਿ ਜਿਨ੍ਹਾਂ ਦੇ ਘਰੇ ਨਹੀਂ ਹਨ ਗੁਰੂ ਘਰ ਨੂੰ ਸੇਵਾਵਾਂ ਦੇ ਕੇ ਪ੍ਰਾਪਤ ਕਰ ਲੈਣ। ਔਰ ਗੁਰੂ ਸਾਹਿਬ ਜੀ ਨੇ ਕਿਹਾ ਠੀਕ ਹੈ, ਆਪ ਜੀ ਨੇ ਗੁਰੂ ਘਰ ਦੀਆਂ ਸੇਵਾਵਾਂ ਕੀਤੀਆਂ, ਜੋ ਬਚਨ ਕੀਤੇ ਹਨ ਇਹ ਬਚਨ ਅਟੱਲ ਹੋਣਗੇ। ਆਪ ਜੀ ਦੇ ਦਰ 'ਤੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾਵਾਂ ਪਾਥੀਆਂ ਦੀਆਂ ਲੈ ਕੇ ਆਉਣਗੇ ਉਹ ਮੁਰਾਦਾਂ ਇਸੇ ਤਰ੍ਹਾਂ ਪ੍ਰਾਪਤ ਕਰਨਗੇ। ਅੱਜ ਵੀ ਇਸੇ ਤਰ੍ਹਾਂ ਬਖਸ਼ਿਸ਼ਾਂ ਇੱਥੇ ਹੁੰਦੀਆਂ ਹਨ, ਸੰਗਤਾਂ ਆਣ ਕੇ ਅਰਦਾਸਾਂ ਕਰਦੀਆਂ ਹਨ, ਪਾਥੀਆਂ ਦੀਆਂ ਸੇਵਾਵਾਂ ਲੰਗਰਾਂ 'ਚ ਪਾਉਂਦੇ ਹਨ ਅਤੇ ਜਦੋਂ ਸ਼ਰਧਾ ਇਹਨਾਂ ਦੀ ਭਾਗ ਲੱਗਦੇ ਆ ਅਤੇ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਹਨ, ਫਿਰ ਸ਼ੁਕਰਾਨੇ ਲਈ ਸੰਗਤਾਂ ਇਸੇ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦੇ ਹੋਏ ਸਤਿਗੁਰੂ ਜੀ ਦੇ
ਦਰ ਤੇ ਨਸਮਸਤਕ ਹੁੰਦੇ ਹਨ। ਜਿਹੜਾ ਟੋਭਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਟੋਭਾ ਭਾਈ ਸ਼ਾਲੋ ਜਿਹੜਾ ਟੋਭੇ ਦੇ ਨਾਮ ਦੇ ਉੱਤੇ ਜਾਣਿਆ ਜਾਂਦਾ ਹੈ ਗੁਰਦੁਆਰਾ ਸਾਹਿਬ, ਅਸੀਂ ਉਹ ਟੋਭੇ ਬਾਰੇ ਕੁਛ ਗੱਲਾਂ ਜਾਣਨਾ ਚਾਹਾਂਗੇ ਕਿ ਕੀ ਹੈ ਜੀ ਟੋਭੇ ਦੀ ਮਹਾਨਤਾ। ਟੋਭੇ ਦੀ ਮਹਾਨਤਾ ਕਿ ਜਿਸ ਟਾਈਮ ਗੁਰੂ ਰਾਮਦਾਸ ਜੀ ਦੇ ਘਰ ਭਾਈ ਸ਼ਾਲੋ ਜੀ ਸੇਵਾ ਕਰਿਆ ਕਰਦੇ ਸਨ ਔਰ ਆਰਾਮ ਕਰਨ ਵੇਲੇ ਇਸ ਅਸਥਾਨ ਕੇ ਆਣ ਕੇ ਬੈਠਿਆ ਕਰਦੇ ਸਨ। ਇੱਥੇ ਖੂਹੀ ਹੁੰਦੀ ਸੀ, ਆਉਂਦੇ ਜਾਂਦੇ ਰਾਈਆਂ ਨੂੰ ਜਲ ਛਕਾਇਆ ਕਰਦੇ ਸਨ। ਉਸ ਟਾਈਮ ਇਹ ਟੋਭਾ ਜਿਹੜਾ ਕੱਚਾ ਸੀਗਾ, ਜਲ ਥੱਲਿਓ ਹੀ ਆਉਂਦਾ ਸੀ। ਹੁਣ ਇਹਦੇ ਵਿੱਚ ਬੋਰ ਹੋ ਕੇ ਖੂਹੀ ਦੇ ਵਿੱਚੋਂ ਜਲ ਆ ਰਿਹਾ ਹੈ। ਜੋ ਸੰਗਤਾਂ ਇੱਥੋਂ ਇਸ਼ਨਾਨ ਕਰਦੀਆਂ ਹਨ ਪੰਜ ਐਤਵਾਰ, ਬੱਚੇ ਸੁੱਕੇ ਹਰੇ ਭਰੇ ਹੋ ਜਾਂਦੇ ਹਨ ਅਤੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆਣ ਕੇ ਇਸ਼ਨਾਨ ਕਰਦੇ ਹਨ, ਅਰਦਾਸਾਂ ਬੇਨਤੀਆਂ ਕਰਦੇ ਹਨ, ਉਹ ਪੂਰੀਆਂ ਹੁੰਦੀਆਂ ਹਨ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟੋਭਾ ਹੈ ਇੱਥੋਂ ਦੀ ਇੱਕ ਵਿਸ਼ੇਸ਼ ਮਹਾਨਤਾ ਜਿਹੜੀ ਹੈ ਸਾਨੂੰ ਦੱਸੀ ਗਈ ਹੈ ਔਰ ਇਹ ਟੋਭੇ ਦੇ ਉੱਤੇ ਜਿਹੜੀ ਸੰਗਤ ਜਿਹੜੀ ਹੈ ਜਲ ਲੈਣ ਵਾਸਤੇ ਆਉਂਦੀ ਔਰ ਇੱਥੋਂ ਜਲ ਲੈ ਕੇ ਘਰ ਵੀ ਲੈ ਕੇ ਜਾਇਆ ਜਾਂਦਾ ਹੈ ਜੀ। ਔਰ ਕੁਛ ਜਿਹੜੀ ਸੰਗਤ ਅਸੀਂ ਗੱਲ ਕਰਾਂਗੇ ਜੀ, ਕੀ ਹੈ ਜੀ ਟੋਭਾ ਭਾਈ ਸ਼ਾਲੋ, ਤੁਸੀਂ ਅੱਜ ਮੱਥਾ ਟੇਕਣਾ ਹੈ ਜੀ? ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਚਪਨ ਤੋਂ ਇੱਥੇ ਆ ਰਹੇ ਹਾਂ ਜੀ, ਸਾਨੂੰ ਵੀ ਪੁੱਤਰਾਂ ਦੀ ਦਾਤ ਇੱਥੋਂ ਹੀ ਮਹਾਰਾਜ ਦੇ ਘਰੋਂ ਮਿਲੀ ਹੈ, ਟੋਭਾ ਭਾਈ ਸ਼ਾਲੋ ਸਾਹਿਬ ਤੋਂ, ਅਤੇ ਸਾਡੇ ਮਾਤਾ ਪਿਤਾ ਜੀ ਦੱਸਦੇ ਆ ਆਪਾਂ ਵੀ ਇੱਥੋਂ ਹੀ ਮਿਲੇ ਹਾਂ ਜੀ, ਅਤੇ ਆਪਾਂ ਲੱਗੇ ਰਹਿੰਦੇ ਹਾਂ ਅਤੇ ਆਪਾਂ ਸ਼ੁਰੂ ਤੋਂ ਹੀ ਇੱਥੇ ਹੀ ਆ ਰਹੇ ਹਾਂ ਮੱਥਾ ਟੇਕਣ ਜੀ। ਜਲ ਦੀ ਜਿਹੜੀ ਕੀ ਮਹਾਨਤਾ ਜੀ? ਜਲ ਦੀ ਮਹਾਨਤਾ ਜੀ, ਮਹਾਰਾਜ ਨੇ ਵਰਦਾਨ ਦਿੱਤਾ, ਇੱਥੇ ਜਿਹੜੇ ਬੱਚੇ ਸੁੱਕੇ ਨੇ ਉਹ ਹਰੇ ਹੋਏ ਗਏ, ਇੱਥੇ ਜਿਹੜਾ ਬੱਚਾ ਬਚਪਨ ਤੋਂ ਸੁੱਕਾ ਹੁੰਦਾ ਉਹਨੂੰ ਇਸ਼ਨਾਨ ਕਰਕੇ ਉਹਨੂੰ ਸੁੱਖ ਪ੍ਰਾਪਤ ਮਿਲਦਾ ਜੀ ਇੱਥੇ। ਅਤੇ ਤੁਸੀਂ ਇੱਥੇ ਆਉਂਦੇ ਹੋ ਜੀ? ਹਾਂਜੀ, ਆਪਾਂ ਬਚਪਨ ਤੋਂ ਇੱਥੇ ਆ ਰਹੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਆਖਣਾ ਹੈ ਕਿ ਇਸ਼ਨਾਨ ਕਰਨ ਵਾਸਤੇ ਇੱਥੇ ਆ ਜਾਏ, ਅਤੇ ਵਿਸ਼ੇਸ਼ ਇਸ਼ਨਾਨ ਘਰ ਜਿਹੜੇ ਇਸ ਜਗ੍ਹਾ ਦੇ ਉੱਤੇ ਬਣਾਏ ਗਏ ਨੇ ਜਿੱਥੇ ਕਿ ਬੀਬੀਆਂ ਵਾਸਤੇ ਵਿਸ਼ੇਸ਼ ਇਸ਼ਨਾਨ ਘਰ ਨੇ, ਅਤੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਵਾਸਤੇ ਵਿਸ਼ੇਸ਼ ਇਸ਼ਨਾਨ ਘਰ ਬਣਾਏ ਜਾਂਦੇ ਨੇ, ਅਤੇ ਉਹਨਾਂ ਦੀ ਵੱਖਰੀ ਇੱਕ ਮਹਾਨਤਾ ਜਿਹੜੀ ਇਸ ਗੁਰਦੁਆਰਾ ਸਾਹਿਬ 'ਚ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦਾ ਭਾਈ ਟੋਭਾ ਭਾਈ ਸ਼ਾਲੋ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ, ਜਿਹੜਾ ਕਿ ਵਿਲੱਖਣ ਆਪਣੇ ਆਪ 'ਚ ਇੱਕ ਦਿੱਖ ਪੇਸ਼ ਕਰਦਾ ਹੈ ਕਿ ਜਿੱਥੇ ਕਿ ਅਕਸਰ ਪਾਥੀਆਂ ਚੜਾਈਆਂ ਜਾਂਦੀਆਂ ਨੇ, ਅਤੇ ਪਾਥੀਆਂ ਗੁਰੂ ਕਾਲ ਦੇ ਸਮੇਂ ਤੋਂ ਚੜਾਈਆਂ ਜਾ ਰਹੀਆਂ ਨੇ, ਅਤੇ ਜਿਹਦੀ ਇੱਕ ਆਪਣੀ ਮਹਾਨਤਾ ਹੈ ਕਿ ਜਿੱਥੇ ਸੰਗਤ ਜਿਹੜੀ ਹੈ ਦਰਸ਼ਨ ਦੀਦਾਰ ਕਰਨ ਵਾਸਤੇ ਪੁੱਜਦੀ ਹੈ, ਔਰ ਇੱਕ ਐਸਾ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਪੁੱਤਰ ਪ੍ਰਾਪਤੀ ਹੁੰਦੀ ਹੈ, ਜਿੱਥੇ ਕਿ ਪਾਥੀਆਂ ਚੜਾ ਕੇ ਲੋਕ ਜਿਹੜੇ ਸੰਗਤ ਜਿਹੜੀ ਹੈ ਨਤਮਸਤਕ ਹੁੰਦੀ ਹੈ। ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਇਆ ਹੈ ਕਿ ਟੋਭਾ ਭਾਈ ਸ਼ਾਲੋ ਦਾ ਕੀ ਇਤਿਹਾਸ ਹੈ, ਔਰ ਅੰਮ੍ਰਿਤਸਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਆਪਣੀ ਇੱਕ ਵੱਖਰੀ ਪਹਿਚਾਣ ਛੱਡ ਰਿਹਾ ਹੈ ਜਿਹੜੀ ਕਿ ਦੇਸ਼ ਅਤੇ ਦੁਨੀਆ 'ਚ ਮਸ਼ਹੂਰ ਹੈ, ਅਤੇ ਦੇਸ਼ ਵਿਦੇਸ਼ ਤੋਂ ਸੰਗਤ ਜਿਹੜੀ ਹੈ ਗੁਰੂ ਘਰ ਵਿਖੇ ਨਤਮਸਤਕ ਹੋਣ ਆਉਂਦੀ ਹੈ, ਅਤੇ ਇਸ ਟੋਭੇ ਦਾ ਜਲ ਲੈ ਕੇ ਪੁੱਤਰ ਪ੍ਰਾਪਤੀ ਦੀ ਜਿਹੜੀ ਕਾਮਨਾ ਹੈ ਉਹਨੂੰ ਪੂਰਾ ਕੀਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਪੂਰੀ ਹੋਣ ਤੋਂ ਬਾਅਦ ਇੱਥੇ ਜਿਹੜੇ ਪਾਥੀਆਂ ਜਿਹੜੀਆਂ ਚੜਾਈਆਂ ਜਾਂਦੀਆਂ ਨੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।